2015 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ 14 ਅਕਤੂਬਰ 2015 ਕੋਟਕਪੁਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਧਰਨਾ ਦੇ ਰਹੀ ਸੰਗਤਾਂ ਉੱਪਰ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ, ਪਾਣੀ ਦੀਆਂ ਬੌਛਾਰਾਂ, ਹਵਾਈ ਫਾਇਰਿੰਗ ਅਤੇ ਇਸ ਤੋਂ ਬਾਅਦ ਬਹਿਬਲ ਕਲਾਂ ਵਿੱਚ ਰੋਸ ਜ਼ਾਹਿਰ ਕਰ ਰਹੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਦੋ ਸਿੱਖ ਨੌਜਵਾਨਾਂ ਨੂੰ ਅੱਜ 4 ਸਾਲ ਪੂਰੇ ਹੋ ਗਏ, ਜਿਸ ਕਾਰਨ ਅੱਜ ਦੇ ਦਿਨ ਨੂੰ ਸਿੱਖ ਜਥੇਬੰਦੀਆਂ ਅਤੇ ਪੀੜਿਤ ਪਰਿਵਾਰ ਵੱਲੋਂ ਗੋਲੀਕਾਂਡ ਦੇ 4 ਸਾਲ ਪੂਰੇ ਹੋਣ ਅਤੇ ਗੋਲੀਕਾਂਡ ਵਿੱਚ ਮਾਰੇ ਗਏ ਦੋ ਨੌਜਵਾਨ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਗੋਲੀਕਾਂਡ ਦੇ ਵਿੱਚ ਮਾਰੇ ਗਏ ਗੁਰਜੀਤ ਸਿੰਘ ਸਰਾਵਾਂ ਦੇ ਜੱਦੀ ਪਿੰਡ ਸਰਾਵਾਂ ਵਿੱਚ ਗੁਰਜੀਤ ਸਿੰਘ ਦੀ ਯਾਦ ਵਿੱਚ ਬਣੇ ਕਮਿਊਨਿਟੀ ਹਾਲ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਕਿੱਕੀ ਢਿੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ। 2015 ਦੇ ਵਿੱਚ ਜਦੋਂ ਬੇਅਦਬੀ ਹੋਈ, ਸੰਗਤ ਨੇ ਸ਼ਾਂਤਮਈ ਢੰਗ ਨਾਲ ਇੱਥੇ ਅੰਮ੍ਰਿਤ ਵੇਲੇ ਬੈਠ ਕੇ ਨਿਤਨੇਮ ਕਰਦਿਆਂ ਇਹ ਰੋਸ ਜਤਾਇਆ ਔਰ ਕਿਹਾ ਕਿ ਉਹਨਾਂ ਜ਼ਾਲਮਾਂ ਨੂੰ ਲੱਭੋ ਜਿਹਨੇ ਸਾਡੇ ਸਤਿਗੁਰੂ ਦੀ ਬੇਅਦਬੀ ਕੀਤੀ ਹੈ। ਤਾਂ ਉਦੋਂ ਬਾਦਲਕਿਆਂ ਨੇ ਬਾਬਰ ਬਣ ਕੇ, ਜ਼ਕਰੀਆ ਬਣ ਕੇ ਪੁਲਿਸ ਦੇ ਰਾਹੀਂ ਸਾਡੇ 'ਤੇ ਤਸ਼ੱਦਦ ਕੀਤਾ ਔਰ ਸਾਡੇ ਦੋ ਨੌਜਵਾਨ ਸ਼ਹੀਦ ਕੀਤੇ ਬਹਿਬਲ ਕਲਾਂ ਦੇ ਵਿੱਚ, ਬਹੁਤ ਸਾਰੇ ਫੱਟੜ ਕਰ ਦਿੱਤੇ ਵੀਰ। ਅਸੀਂ ਜਿਵੇਂ ਪਿਛਲੇ ਸਾਲ ਇਹ ਲਾਣਤ ਦਿਹਾੜਾ, ਬਿਲਕੁਲ ਉਸੇ ਤਰ੍ਹਾਂ ਅੱਜ ਇਹ ਲਾਣਤ ਦਿਹਾੜਾ ਮਨਾਇਆ, ਨਿਤਨੇਮ ਤੋਂ ਸ਼ੁਰੂਆਤ ਹੋਈ ਹੈ। ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਸ਼ਾਂਤਮਈ ਢੰਗ ਨਾਲ ਇੱਦਾਂ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਸਾਡੇ ਨੌਜਵਾਨ ਭਰਾ ਜਿਹੜੇ ਮੈਂ ਮਤਲਬ ਘਰੋਂ ਆਏ ਸੀ ਵੀਰ, ਉਹ ਪ੍ਰਸ਼ਾਦਾ ਛਕਣ ਵਾਸਤੇ, ਛਕਾਉਣ ਵਾਸਤੇ ਆਏ ਸੀ ਸੰਗਤ ਨੂੰ। ਬਾਦਲਕਿਆਂ ਨੇ ਪ੍ਰਸ਼ਾਦਾ ਛਕਾਉਣ ਆਏ ਉਹਨਾਂ ਨੌਜਵਾਨਾਂ ਨੂੰ ਬਖਸ਼ਿਆ ਨਹੀਂ। ਮੈਂ ਉਹਨਾਂ ਵੀਰਾਂ ਨੂੰ ਮਿਲਿਆ, 22 ਸਾਲ ਦੇ ਉਹ ਨੌਜਵਾਨ ਭਰਾ ਜਿਹੜੇ ਵੀਰ ਸਿਰਫ ਘਰੋਂ ਪ੍ਰਸ਼ਾਦਾ ਛਕਾਉਣ ਲਈ ਆਏ ਸੀਗੇ, ਉਹਨਾਂ ਦੇ ਪੱਟਾਂ ਵਿੱਚ ਮਾਰ ਮਾਰ ਕੇ ਗੋਲੀਆਂ ਇਹਨਾਂ ਰੰਗੜਾਂ ਨੇ, ਦੁਸ਼ਟਾਂ ਨੇ ਸਾਡੇ ਉਹਨਾਂ ਨੌਜਵਾਨ ਵੀਰਾਂ ਨੂੰ ਫੱਟੜ ਕਰਕੇ ਤੋੜ ਦਿੱਤਾ ਔਰ ਮਾਵਾਂ ਨੇ ਬਹੁਤ ਪਿਆਰ ਦੇ ਨਾਲ ਉਹਨਾਂ ਨੂੰ ਤੋਰਿਆ ਸੀ ਕਿ ਪੁੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਪਾਂ ਸਭ ਕੁਛ ਲਿਆ, ਅੱਜ ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਤੇ ਤੁਸੀਂ ਜਿਹੜਾ ਜਾਓ ਸੰਗਤ ਦੀ ਸੇਵਾ ਕਰਨ। ਫਰੀਦਕੋਟ ਤੋਂ ਜਗਤਾਰ ਦਸਾਂ, ਜੀਵੇ ਪੰਜਾਬ ਟੀਵੀ। ਹਰ ਸਮੱਸਿਆ ਦਾ ਗਰੰਟੀ ਨਾਲ ਘਰ ਬੈਠੇ ਸਮਾਧਾਨ ਕਰਾਓ। ਵਰਲਡ ਫੇਮਸ ਗੋਲਡ ਮੈਡਲਿਸਟ ਬਾਬਾ ਵਸੀਮ ਖਾਨ ਜੀ। ਮਨ ਚਾਹੇ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਮਨ ਪਸੰਦ ਪ੍ਰੇਮ ਵਿਵਾਹ, ਵਿਛੜਿਆ ਪਿਆਰ ਪਾਣਾ ਹੋਵੇ, ਕਾਰੋਬਾਰ ਨੌਕਰੀ ਵਿੱਚ ਪਰੇਸ਼ਾਨੀ, ਸਰੀਰਿਕ ਕਸ਼ਟ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਬੱਚਿਆਂ ਦਾ ਕਹਿਣ ਤੋਂ ਬਾਹਰ ਹੋਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਵਿਦੇਸ਼ 'ਚ ਪੱਕੇ ਹੋਣ ਲਈ ਪੀਆਰ ਲਈ ਫੋਨ ਕਰੋ। ਸਪੈਸ਼ਲਿਸਟ ਲੋਟਰੀ ਨੰਬਰ, ਧਨਵਾਨ ਬਣੋ। ਪਤੀ ਪਤਨੀ ਵਿੱਚ ਅਨਬਨ, ਸੱਸ ਬਹੂ ਵਿੱਚ ਕਲੇਸ਼, 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ, ਲੱਖਾਂ ਲੋਕ ਇਸ ਦਾ ਲਾਭ ਲੈ ਚੁੱਕੇ ਨੇ। ਚਾਰੋ ਪਾਸੋਂ ਨਿਰਾਸ਼ ਵਿਅਕਤੀ ਇੱਕ ਵਾਰ ਫੋਨ ਜ਼ਰੂਰ ਕਰਨ। ਵਰਲਡ ਫੇਮਸ ਗੋਲਡ ਮੈਡਲਿਸਟ ਬਾਬਾ ਵਸੀਮ ਖਾਨ ਜੀ, ਨੰਬਰ 9888638669। ਸੁਪਰ ਸਪੈਸ਼ਲਿਸਟ ਲਵ ਮੈਰਿਜ, ਇੰਟਰਕਾਸਟ ਲਵ ਮੈਰਿਜ, ਗਰੰਟੀ ਲੱਕੀ ਲੋਟਰੀ ਨੰਬਰ।